ਕਿ ਮੁੱਖਮੰਤਰੀ ਦਾ ਫਰਜ਼ ਕੀ ਹੈ ਕਿ ਉਹਨਾਂ ਦੇ ਸੂਬੇ ਵਿੱਚ ਕੁਝ ਵੀ ਚੀਜ਼ ਹੋਏ ਦੁੱਖ ਦੀ ਗੱਲ ਹੋਏ ਸੁੱਖ ਦੀ ਗੱਲ ਹੋਏ ਉਹਨਾਂ ਨੂੰ ਉੱਥੇ ਹੋਣਾ ਚਾਹੀਦਾ ਐਮਐਲਏ ਦੇ ਪਰਿਵਾਰ ਜਾਲੀ ਸ਼ਰਾਬ ਬਣਾਉਂਦੇ ਆ ਜਾਲੀ ਸ਼ਰਾਬ ਵਿਚਾਉਂਦੇ ਆ ਤੁਸੀਂ ਗੁਟਕਾ ਸਾਹਿਬ ਦੀ ਸੌਂ ਖਾਧੀ ਝੂਠੀ ਸੌਂ ਖਾਧੀ ਮੈਂ ਇੱਕ ਮਹੀਨੇ 'ਚ ਨਸ਼ਾ ਖਤਮ ਕਰ ਦੂੰਗਾ ਅੱਜ 100-100 ਮੌਤਾਂ ਹੋ ਰਹੀਆਂ ਮੈਂ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਪੁੱਛਣਾ ਚਾਹੁੰਦਾ ਹੈ ਇਹ ਜੀ ਪਾਰਟੀ ਤੁਹਾਡੀ ਹੈ ਕਿਉਂਕਿ ਜਿਹੜੇ ਦੋਸ਼ੀ ਹੈ ਉਹਨਾਂ 302 ਦੇ ਮੁਕੱਦਮੇ 70 ਲੋਕਾਂ ਦੀ ਜਾਨਾਂ ਲੈਣ ਦੇ ਮੁਕੱਦਮੇ ਦੇ ਅੰਦਰ ਕੀਤਾ ਜਾਊਗਾ ਕਿਉਂਕਿ ਕਾਂਗਰਸ ਦੇ ਜਿਹੜੇ ਐਮਐਲਏ ਆ ਨਾ ਆਹ ਸਾਰੇ ਜਿੰਨੇ ਨਸ਼ੇ ਵਾਲੇ ਸਮਗਲਰ ਸੀ ਸਾਰਿਆਂ ਨਾਲ ਮਹੀਨਾ ਬੰਨ ਲਿਆ ਮੇਰੇ ਫਿਰੋਜ਼ਪੁਰ ਜ਼ਿਲ੍ਹੇ 'ਚ ਇੱਕ SHO ਸੀ ਜਿਹਨੇ ਬੜੇ ਬਹਾਦਰੀ ਨਾਲ ਆਹ ਡਰੱਗ ਮਾਫੀਆ ਨੂੰ ਫੜਿਆ ਅਗਲੇ ਦਿਨ ਉਹਦੀ ਫੁੱਟੇ ਲਈ ਪੋਸਟਿੰਗ ਹੋ ਤਰਨ ਤਰਨ ਸਾਹਿਬ ਤੋਂ ਆਇਆ ਤੁਸੀਂ ਦੇਖੋ ਉਹ ਜਿਹੜੀਆਂ ਬੀਬੀਆਂ ਸੀ ਜਿਨ੍ਹਾਂ ਦੇ ਸਾਰੇ ਘਰ ਵਾਲੇ ਗੁਜ਼ਰ ਗਏ ਉੱਥੋਂ SHO ਆਇਆ ਅਤੇ ਉਹਨੂੰ ਧਮਕਾਉਣ ਲੱਗ ਗਿਆ ਕਿ ਜੇ ਤੁਸੀਂ ਲਾਸ਼ ਨਾ ਚੱਕ ਕੇ ਲੈ ਕੇ ਗਏ ਤਾਂ ਅਸੀਂ ਤੁਹਾਨੂੰ ਤੁਹਾਡੇ 'ਤੇ ਪਰਚਾ ਕਰਾਂਗੇ ਸਰ ਸਿੰਘ ਜੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਫਰਜ਼ ਕੀ ਹੈ ਮੁੱਖ ਮੰਤਰੀ ਦਾ ਫਰਜ਼ ਆਪਣੇ ਮਹਿਲਾਂ 'ਚ ਰਹਿ ਕੇ 5 ਸਾਲ ਆਰਾਮ ਐਸ਼ ਕਰਨਾ ਨਹੀਂ ਮੁੱਖ ਮੰਤਰੀ ਦਾ ਫਰਜ਼ ਹੈ ਕਿ ਉਹਨਾਂ ਦੇ ਹਲਕੇ ਉਹਨਾਂ ਦੇ ਸੂਬੇ ਵਿੱਚ ਕੁਛ ਵੀ ਚੀਜ਼ ਹੋਏ ਦੁੱਖ ਦੀ ਗੱਲ ਹੋਏ ਸੁੱਖ ਦੀ ਗੱਲ ਹੋਏ ਉਹਨਾਂ ਨੂੰ ਉੱਥੇ ਹੋਣਾ ਚਾਹੀਦਾ ਉਹਨਾਂ ਦੇ ਸੂਬੇ ਵਿੱਚ ਉਹਨਾਂ ਦੀ ਪਾਰਟੀ ਦੇ ਮੰਤਰੀ ਐਮਐਲਏ ਦੇ ਪਰਿਵਾਰ ਜਾਲੀ ਸ਼ਰਾਬ ਬਣਾਉਂਦੇ ਆ ਜਾਲੀ ਸ਼ਰਾਬ ਵਿਚਾਉਂਦੇ ਆ ਤੁਹਾਡੇ ਕੋਲ ਐਕਸਾਈਜ਼ ਦਾ ਮਹਿਕਮਾ ਹੈ ਤੁਹਾਡੇ ਕੋਲ ਪੁਲਿਸ ਦਾ ਮਹਿਕਮਾ ਹੈ ਤੁਸੀਂ ਗੁਟਕਾ ਸਾਹਿਬ ਦੀ ਸੌਂ ਖਾਧੀ ਝੂਠੀ ਸੌਂ ਖਾਧੀ ਮੈਂ ਇੱਕ ਦਿਨ 'ਚ ਮਹੀਨੇ 'ਚ ਨਸ਼ਾ ਖਤਮ ਕਰ ਦੂੰਗਾ ਅੱਜ 100-100 ਮੌਤਾਂ ਹੋ ਰਹੀਆਂ ਐਵੇਂ ਨਹੀਂ ਕਿ ਮੁੱਖ ਮੰਤਰੀ ਅੰਮ੍ਰਿਤਸਰ ਆ ਕੇ ਆਪ ਸੁਪਰਵਾਈਜ਼ ਕਰੇ ਪਤਾ ਕਰਾਏ ਪਰ ਉਹਨੂੰ ਤਾਂ ਪੁੱਛੇ ਟੈਲੀਫੋਨ ਕਰਕੇ ਵੀ ਨਹੀਂ ਪੁੱਛਿਆ ਕਿ ਪਰਿਵਾਰਾਂ ਦਾ ਦੁੱਖ ਦੇ ਵਿੱਚ ਆਪਣੇ ਪੁੱਛਿਆ ਵੀ ਨਹੀਂ ਕਿਵੇਂ ਹੋਇਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਮਹਿਕਮਾ ਤੁਹਾਡਾ ਐਕਸਾਈਜ਼ ਦਾ ਤੁਹਾਡੇ ਮਹਿਕਮੇ ਦੇ ਅਫਸਰ ਐਸੇ ਹੀ ਹਲਕੇ ਜਿੱਥੇ ਅੱਜ 10 ਜਿਹੜੇ ਪਿੰਡ 'ਚ 10 ਮੌਤਾਂ ਹੋਈਆਂ ਐਸੇ ਹੀ ਹਲਕੇ ਵਿੱਚ ਹਫ਼ਤਾ 10 ਦਿਨ ਪਹਿਲੇ ਐਕਸਾਈਜ਼ ਮਹਿਕਮੇ ਨੇ ਜਿਹੜੇ ਜਾਲੀ ਸ਼ਰਾਬ ਵੇਚਦੇ ਉਹਨਾਂ ਦੇ ਰੇਡ ਮਾਰੀ ਤੁਹਾਡੀ ਹੀ ਪਾਰਟੀ ਦੇ ਐਮਐਲਏ ਡੈਣੀ ਜਿਹੜਾ ਉਹਨਾਂ ਦਾ ਬੇਟਾ ਹੈ ਉਸ ਨੇ ਉਹਨ ਐਕਸਾਈਜ਼ ਮਹਿਕਮੇ ਨੂੰ ਸਪੋਰਟ ਕਰਨ ਦੀ ਬਜਾਏ ਮਦਦ ਕਰਨ ਦੀ ਬਜਾਏ ਜਿਹੜੇ ਅਫਸਰ ਤੁਹਾਡੇ ਮਹਿਕਮੇ ਦੇ ਐਕਸਾਈਜ਼ ਮਹਿਕਮੇ ਦੇ ਰੇਡ ਕਰਨ ਆਏ ਸੀ ਜਾਲੀ ਸ਼ਰਾਬ ਜਿਹਨੇ 100-10 ਲੋਕਾਂ ਦੀ ਮੌਤ ਦਿੱਤੀ ਹੈ ਉਹ ਜਿਹੜੇ ਅਫਸਰ ਆਏ ਸੀ ਉਹਨਾਂ 'ਤੇ ਪਰਚਾ ਕਰਾਤਾ ਆਹ ਸਰਕਾਰ ਹੈ ਕਿ ਜੰਗਲ ਰਾਜ ਹੈ ਕੈਪਟਨ ਸਾਹਿਬ ਤੁਸੀਂ ਇੱਥੇ ਕਾਂਗਰਸ ਦੇ ਜਿਹੜੇ ਐਮਐਲਏ ਮੰਤਰੀ ਤੁਹਾਡੀ ਪਾਰਟੀ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸਰਕਾਰ ਬਣਾਈ ਹੈ ਜਨਤਾ ਨੂੰ ਮਰਵਾਉਣ ਵਾਸਤੇ ਨਹੀਂ ਅੱਜ ਜੰਗਲ ਰਾਜ ਹੈ ਜਿਹੜੇ ਅਫਸਰ ਥੋੜ੍ਹਾ ਮੋਟਾ ਕੰਮ ਕਰਨਾ ਚਾਹੁੰਦੇ ਹੈ ਨੱਥ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਡਰਾਉਂਦੇ ਹੋ ਧਮਕਾਉਂਦੇ ਹੋ ਡਰ ਪਾਉਂਦੇ ਹੋ ਕਿ ਜੇ ਤੁਸੀਂ ਸਾਡੇ ਐਮਐਲਏ ਦਾ ਸਾਥ ਨਾ ਦਿੱਤਾ ਉਹਨਾਂ 'ਤੇ ਐਕਸ਼ਨ ਲਿੱਤਾ ਮੈਂ ਅੱਜ ਤੱਕ ਹਿੰਦੁਸਤਾਨ 'ਚ ਮਿਸਾਲ ਨਹੀਂ ਦੇਖੀ ਹੋਣੀ ਕਿ ਮਹਿਕਮੇ ਵਾਲੇ ਸ਼ਰਾਬ ਜਾਲੀ ਸ਼ਰਾਬ ਰੋਕਣ ਆਉਣ ਅਤੇ ਹਲਕੇ ਦੇ ਕਾਂਗਰਸੀ ਐਮਐਲਏ ਉਹਨਾਂ ਨੂੰ ਉਹਨਾਂ 'ਤੇ ਪਰਚਾ ਦੇਣ ਮੈਂ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਪੁੱਛਣਾ ਚਾਹੁੰਦਾ ਇਹ ਜੀ ਪਾਰਟੀ ਤੁਹਾਡੀ ਹੈ ਤੁਹਾਡੇ ਮੁੱਖ ਮੰਤਰੀ ਇਹੋ ਜਿਹਾ ਜਿੱਥੇ ਉਹਨਾਂ ਦੇ 100-100 ਮੌਤਾਂ ਹੋ ਜਾਣ ਤਾਂ ਉਹਨੂੰ ਪਰਵਾਹ ਹੀ ਨਹੀਂ ਫਿਕਰ ਹੀ ਨਹੀਂ ਨਾਲੇ ਕੈਪਟਨ ਅਮਰਿੰਦਰ ਸਿੰਘ ਐਸੇ ਹੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਲੜੇ ਇਲੈਕਸ਼ਨ ਫਿਰ ਵੀ ਆਪਣਾ ਫਰਜ਼ ਨਹੀਂ ਸਮਝੇ ਅਤੇ ਸ਼੍ਰੋਮਣੀ ਅਕਾਲੀ ਦਲ ਮੈਂ ਪ੍ਰਧਾਨ ਹੁੰਦੇ ਕਹਿੰਦਾ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਇਹਨਾਂ ਨੇ ਲਾਈ ਹੈ ਆ ਬਿਲਕੁਲ ਕਾਂਗਰਸੀਆਂ ਨੂੰ ਬਚਾਉਣ ਵਾਸਤੇ ਲਾਈ ਹੈ ਜਿਵੇਂ ਅੰਮ੍ਰਿਤਸਰ ਵਿੱਚ ਰੇਲਵੇ ਹਾਦਸੇ ਨਾਲ 100 ਤੋਂ ਵੱਧ ਮੌਤਾਂ ਹੋਈਆਂ ਉਦੋਂ ਨਵਜੋਤ ਸਿੱਧੂ ਅਤੇ ਉਹਦੇ ਪਰਿਵਾਰ ਅਤੇ ਉਹਦੀ ਕਾਂਗਰਸੀ MCਆਂ ਨੂੰ ਬਚਾਉਣ ਵਾਸਤੇ ਮਜਿਸਟਰੇਟ ਇਨਕੁਆਇਰੀ ਲਾ ਕੇ ਉਹਨਾਂ ਨੂੰ ਕੱਢਿਆ ਉਵੇਂ ਹੀ ਆਹ ਜਿਹੜਾ ਮਜਿਸਟਰੇਟ ਪਾਰਟੀ ਦਾ ਕੰਮ ਹੈ ਕੈਪਟਨ ਸਾਹਿਬ ਨੇ ਉਹਨਾਂ ਨੂੰ ਕੱਢਣਾ ਚਾਹੁੰਦੇ ਆ ਮੈਂ ਹਫ਼ਤਾ ਦਿੰਦਾ ਪੁਲਿਸ ਨੂੰ ਜੇ ਹਫ਼ਤੇ ਦੇ ਅੰਦਰ ਜਿਹੜੇ ਕਾਂਗਰਸ ਦੇ ਐਮਐਲਏ
ਉਹਨਾਂ ਦੇ ਪਰਿਵਾਰ ਦੇ ਜੀ ਉਹਨਾਂ ਦੇ ਕਰਿੰਦੇ ਜੇ ਨਾ ਫੜੇ ਤਾਂ ਸ਼੍ਰੋਮਣੀ ਅਕਾਲੀ ਦਲ ਹਾਈਕੋਰਟ ਦਾ ਦਰਵਾਜ਼ਾ ਖੜਕਾਏਗਾ, ਹਾਈਕੋਰਟ ਜਾ ਕੇ ਇੰਡੀਪੈਂਡੈਂਟ CBI ਇਨਕੁਆਇਰੀ ਕਰੇਗਾ ਅਤੇ ਅਸੀਂ ਅਖੀਰ ਤੱਕ ਜਾਵਾਂਗੇ ਜਦੋਂ ਤੱਕ ਆ ਜਿਹੜੇ ਦੋਸ਼ੀ ਜਿਨ੍ਹਾਂ ਨੇ ਇੰਨਾ ਕਤਲ ਕੀਤੇ ਆ ਅਤੇ ਜਿਹੜੇ ਇੱਥੇ ਪਰਚਾ ਵੀ 302 ਦਾ ਹੋਣਾ ਚਾਹੀਦਾ, ਆਹ ਮਰਡਰ ਹੈ। ਜਿਹੜੀ ਤੁਸੀਂ ਵੱਡੀ ਗੱਲ ਮੈਂ ਤੁਹਾਨੂੰ ਦੱਸਣਾ, ਆਹ ਪਰਿਵਾਰ ਬੈਠੇ ਹੈ ਪੋਸਟਮਾਰਟਮ, ਇੱਥੋਂ ਦੇ SHO ਇੱਥੋਂ ਦੇ ਅਫਸਰ ਕਹਿ ਰਹੇ ਜਿਨ੍ਹਾਂ ਦੀ ਮੌਤਾਂ ਹੋਈਆਂ ਪਰਿਵਾਰਾਂ ਨੂੰ ਕਿ ਪੋਸਟਮਾਰਟਮ ਨਾ ਕਰੋ, ਤੁਸੀਂ ਐਵੇਂ ਉਹਨਾਂ ਦਾ ਸੰਸਕਾਰ ਕਰਦੇ ਹੋ ਤਾਂ ਕਹਿ ਦਿਓ ਹਾਰਟ ਅਟੈਕ ਕਰਕੇ ਹੋਏ ਆ। ਆਹ ਸਾਰਾ ਪੁਲਿਸ ਨਾਲ ਰਲੀ ਹੈ, ਆਪਣੇ ਕਹਿੰਦਾ MLA ਅਤੇ DSP ਸਾਹਿਬ ਨਾਲ ਰਲੇ ਹੈ ਅਤੇ ਮੈਂ ਇਹਨਾਂ ਅਫਸਰਾਂ ਨੂੰ ਕਹਿੰਦਾ ਤੁਸੀਂ ਐਂ ਨਾ ਸੋਚੋ ਤੁਸੀਂ ਬਚੋਗੇ, ਡੇਢ ਸਾਲ ਬਾਅਦ ਇਹਦੀ ਪੂਰੀ ਇਨਕੁਆਇਰੀ ਕੀਤੀ ਜਾਊਗੀ, ਸਰਕਾਰ ਬਦਲੀ ਅਤੇ ਕੀਤੀ ਜਾਊਗੀ। ਜਿਹੜੇ ਦੋਸ਼ੀ ਹੈ ਉਹਨਾਂ 302 ਦੇ ਮੁਕੱਦਮੇ 70 ਲੋਕਾਂ ਦੀ ਜਾਨਾਂ ਲੈਣ ਦੇ ਮੁਕੱਦਮੇ ਅੰਦਰ ਕੀਤਾ ਜਾਊਗਾ। DSP ਔਰ SHO ਦੀ ਜ਼ਿੰਮੇਵਾਰੀ ਤੈਅ ਕੀਤੀ ਜਿੱਥੇ ਨਸ਼ਾ ਵਿਕੂਗਾ ਉੱਥੇ ਇਹਨਾਂ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਸਿਰਫ ਇੱਥੇ SHO ਦੇ ਖਿਲਾਫ਼ ਕਾਰਵਾਈ ਕੀਤੀ ਗਈ, ਹੋਰ ਕਿਸੇ ਖਿਲਾਫ਼ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਰੇ ਅੱਜ ਹਿੱਤੇ ਹੈ MLA ਦੇ। ਆਹ ਸਾਰੇ MLA ਅੱਜ ਹਾਲਾਤ ਕੀ ਹੈ ਪੰਜਾਬ 'ਚ ਨਸ਼ੇ, ਤੁਸੀਂ ਦੇਖੋ ਜਿਸ ਸੂਬੇ ਵਿੱਚ ਨਸ਼ੇ ਦੀਆਂ ਫੈਕਟਰੀ ਆਪਣੇ ਸ਼ਰਾਬ ਦੀਆਂ ਜਾਲੀ ਫੈਕਟਰੀਆਂ ਲੱਭ ਪੜੀ ਜਾਣ, ਪਹਿਲੇ ਕਿਤੇ ਨਹੀਂ ਸੋਚਿਆ ਸੀ ਕਿ ਸ਼ਰਾਬ ਦੀ ਜਾਲੀ ਫੈਕਟਰੀਆਂ ਘਨੌਰ ਜ਼ਿਲ੍ਹਾ, ਸ਼ਰਾਬ ਦੀ ਜਾਲੀ ਫੈਕਟਰੀ ਕਾਂਗਰਸ ਦੇ MLA ਦੀ ਹੈ, ਉਵੇਂ ਖੰਨੇ ਸ਼ਰਾਬ ਦੀ ਜਾਲੀ ਫੈਕਟਰੀ ਲੱਭੀ ਗਈ। ਅਸੀਂ ਮੈਂ 6 ਮਹੀਨੇ ਪਹਿਲੇ ਕਿਹਾ ਸੀ ਬਹੁਤ ਵੱਡਾ ਨੁਕਸਾਨ ਹੋਊਗਾ ਕੈਪਟਨ ਸਾਹਿਬ, ਮੈਂ ਟੀਮ ਕੀਤੀ ਸੀ ਮੈਂ ਬਹੁਤ ਵੱਡਾ ਨੁਕਸਾਨ ਹੋਊਗਾ, ਪਰ ਪਰਵਾਹ ਨਹੀਂ, ਫਿਕਰ ਨਹੀਂ। ਸੁਖਬੀਰ ਜੀ, ਇਹਨਾਂ ਦਾ ਇੱਕੋ ਹੀ ਕੰਮ ਹੈ ਪੈਸੇ ਨਾ ਲੁੱਟੋ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਸਰਕਾਰ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਨਸ਼ੇ ਦੇ ਮੁੱਦੇ 'ਤੇ ਹੀ ਗੱਲ ਕਰਕੇ ਪੰਜਾਬ ਦੀ ਸੱਤਾ ਦੇ ਵਿੱਚ ਆਈ ਸੀ, ਔਰ ਦੂਸਰੀ ਗੱਲ ਜਿਹੜੀ ਤੁਸੀਂ ਵੀ ਕਹਿੰਦੇ ਰਹੇ ਹੋ ਕਿ ਜਿਹੜਾ ਡਰੱਗਜ਼ ਹੈ ਜਾਂ ਚਿੱਟਾ ਹੈ ਜਾਂ ਹੋਰ ਜਿਹਾ ਪਾਕਿਸਤਾਨ ਤੋਂ ਆਉਂਦਾ ਸੀ, ਪਰ ਇਹ ਚੀਜ਼ਾਂ ਪੰਜਾਬ ਦੇ ਵਿੱਚ ਹੀ ਤਿਆਰ ਕਰਕੇ ਇੱਥੇ ਹੀ ਵੇਚੀਆਂ ਜਾ ਰਹੀਆਂ ਨੇ, ਇਹਦੇ ਲਈ ਤੁਸੀਂ ਕੀ ਸਮਝਦੇ? ਕਿਉਂਕਿ ਕਾਂਗਰਸ ਦੇ ਜਿਹੜੇ MLA ਹੈ ਨਾ, ਆਹ ਸਾਰੇ ਜਿੰਨੇ ਨਸ਼ੇ ਵਾਲੇ ਸਮਗਲਰ ਸੀ ਸਾਰਿਆਂ ਨਾਲ ਮਹੀਨਾ ਬੰਨ ਲਿਆ। ਮੇਰੇ ਫਿਰੋਜ਼ਪੁਰ ਜ਼ਿਲ੍ਹੇ 'ਚ ਇੱਕ SHO ਸੀ ਜਿਹਨੇ ਬੜੇ ਬਹਾਦਰੀ ਨਾਲ ਆ ਡਰੱਗ ਮਾਫੀਆ ਨੂੰ ਫੜਿਆ, ਅਗਲੇ ਦਿਨ ਉਹਦੀ ਖੁੱਟੇ ਲਈ ਪੋਸਟਿੰਗ ਹੋ ਗਈ। ਇੱਥੇ ਵੀ ਆਈ ਹੋ ਰਿਹਾ, ਜਿੱਥੇ ਆ ਤਾਂ ਅੱਖਾਂ ਪਹੁੰਚਦਾ, ਅੱਖਾਂ ਪਹੁੰਚਣ ਵਾਲੀ ਕੰਮ ਹੈ, ਘੱਟ ਤੋਂ ਘੱਟ 25 ਲੱਖ ਦੇਣਾ ਚਾਹੀਦਾ। 5600 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਖਜ਼ਾਨੇ ਦਾ ਆਹ ਜਿਹੜੀਆਂ ਜਾਲੀ ਫੈਕਟਰੀਆਂ ਨੇ ਲਾਇਆ ਨੌਕਰੀ, ਅਤੇ ਇੱਕ ਘੱਟ ਤੋਂ ਘੱਟ ਇੱਕ ਸਰਕਾਰੀ ਨੌਕਰੀ ਇਹਨੂੰ ਦੇਣਾ ਚਾਹੀਦਾ। ਕਾਂਗਰਸ ਦੇ ਮੰਤਰੀਆਂ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਇਹਨਾਂ ਨੂੰ ਜਿਹੜਾ 3.5 ਸਾਲ ਹੋ ਗਏ, ਕੈਪਟਨ ਕਿਤੇ ਦਿਖਾਈ ਦਿੱਤਾ, ਕਿਤੇ ਇਸ ਜਗ੍ਹਾ ਤੇ ਕਿਤੇ ਆਇਆ? ਪਰ ਕਿੱਲਾ ਇੱਕ ਹੁਣ 1-2 ਦਿਨਾਂ 'ਚ ਬਿਆਨ ਦੇਖੋ ਕਹੂਗਾ ਕਲੀਨ ਚਿੱਟ ਕਿ ਸਾਡੇ MLA ਕੁਛ ਨਹੀਂ ਕੀਤਾ। ਕੋਈ ਸਿੱਟਾ ਨਹੀਂ ਆਉਣਾ ਕਿਉਂਕਿ ਮੈਜਿਸਟਰੇਟ ਇਨਕੁਆਇਰੀ ਹੈ, ਮੈਜਿਸਟਰੇਟ ਇੱਕ STM ਹੁੰਦਾ, PC ਹੁੰਦਾ, ਉਹ ਅਫਸਰ ਕਿਤੇ ਮੰਤਰੀ ਅਤੇ ਕਾਂਗਰਸ ਦੇ ਉਲਟ ਨਹੀਂ ਹੁੰਦਾ। ਆਹ ਰਿਪੋਰਟ ਜਿਵੇਂ ਰੇਲਵੇ ਹਾਦਸੇ 'ਚ ਇੱਥੇ 100 ਤੋਂ ਵੱਧ ਮੌਤਾਂ ਹੋਈਆਂ ਅਤੇ ਉਹਨਾਂ ਨੇ ਸਾਰੀ ਕਾਂਗਰਸ ਲੀਡਰਸ਼ਿਪ ਨੂੰ ਕਲੀਨ ਚਿੱਟ ਦਿੱਤੀ ਹੈ, ਉਵੇਂ ਹੀ ਆਹ ਕੰਮ ਉਹਨਾਂ ਨੇ ਸ਼ੁਰੂ ਕੀਤਾ। ਪੀੜਿਤ ਪਰਿਵਾਰਾਂ ਦਾ ਬੜਾ ਗੈਰ ਮੁਖੀ ਵਰਤਾਰਾ ਕੀਤਾ ਜਾ ਰਿਹਾ ਜੀ ਪ੍ਰਸ਼ਾਸਨ ਵੱਲੋਂ। ਨਾਲੇ ਹੋਰ ਗੱਲ, ਮੈਂ ਹੁਣੀ ਤਰਨ ਤਾਰਨ ਸਾਹਿਬ ਤੋਂ ਆਇਆ, ਤੁਸੀਂ ਦੇਖੋ ਉਹ ਜਿਹੜੀਆਂ ਬੀਬੀਆਂ ਸੀ ਜਿਨ੍ਹਾਂ ਦੇ ਸਾਰੇ ਘਰ ਵਾਲੇ ਗੁਜ਼ਰ ਗਏ, ਉੱਥੋਂ SHO ਆਇਆ ਅਤੇ ਉਹਨੂੰ ਧਮਕਾਉਣ ਲੱਗ ਗਿਆ ਕਿ ਜੇ ਤੁਸੀਂ ਲਾਸ਼ ਨਾ ਚੱਕ ਕੇ ਲੈ ਕੇ ਗਏ ਤਾਂ ਅਸੀਂ ਤੁਹਾਨੂੰ ਤੁਹਾਡੇ 'ਤੇ ਪਰਚਾ ਕਰਾਂਗੇ। ਇੱਕ ਕਾਂਗਰਸੀ ਲੀਡਰ ਆਇਆ ਉਹਨਾਂ ਦਾ, ਉਹਨੇ ਜਾ ਕੇ ਇਹਨਾਂ ਕੁੱਟਣਾ, ਪਰਿਵਾਰਾਂ ਨੂੰ ਕੁੱਟਣਾ ਸ਼ੁਰੂ ਕਰਤਾ ਕਿ ਲਓ ਆਪਣੇ ਲਾਸ਼ਾਂ ਲੈ ਕੇ ਜਾਓ। ਇਹੋ ਜਿਹਾ ਪ੍ਰਚਾਰ ਕਰ ਰਹੇ ਕਾਂਗਰਸ ਦੇ MP ਜਸਬੀਰ ਡਿੰਪਾ ਨੇ ਖੁਦ ਇਹ ਗੱਲ ਮੰਨੀ ਹੈ ਕਿ ਇਹ ਇੱਕ ਸਪਲਾਈ ਚੇਨ ਹੈ ਬਹੁਤ ਵੱਡੀ, ਕਿਉਂਕਿ ਉਹਨਾਂ ਨੂੰ ਇਹ ਵੀ ਲੱਗ ਰਿਹਾ ਕਿ ਜਿਹੜੀ ਤਰਨ ਤਾਰਨ ਦੇ ਵਿੱਚ ਮੌਤਾਂ ਹੋਈਆਂ, ਅੰਮ੍ਰਿਤਸਰ ਔਰ ਬਟਾਲਾ ਦੇ ਵਿੱਚ, ਇਹ ਇੱਕੋ ਜਗ੍ਹਾ ਤੋਂ ਸਾਰੀ ਜਿਹੜੀ ਅਲਕੋਹਲ ਹੈ ਜੋ ਵੀ ਸਪਲਾਈ ਹੋਈ, ਉਹ ਕਹਿੰਦੇ ਜੀ ਅਸੀਂ ਉਹ ਸਪਲਾਈ ਚੇਨ ਵੀ ਤੋੜਾਂਗੇ ਔਰ ਕਿਤੇ ਵੱਡੇ ਮਗਰਮੱਛ ਉਹਨਾਂ ਨੂੰ ਫੜਾਂਗੇ। ਮੈਂ ਡਿੰਪੇ ਨੂੰ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ MP ਸਾਹਿਬ ਨੂੰ, ਤੁਹਾਡਾ ਹੀ ਇੱਥੋਂ ਦਾ ਲੀਡਰ ਡੈਣੀ, ਜੋ ਪੁਲਿਸ ਇੱਥੇ ਆਉਂਦੀ ਹੈ, ਐਕਸਾਈਜ਼ ਮਹਿਕਮੇ ਆਉਂਦੀ ਹੈ ਸਪਲਾਈ ਚੇਨ ਨੂੰ ਤੋੜਨ ਵਾਸਤੇ, ਅਤੇ ਤੁਹਾਡਾ ਜਿਹੜਾ ਇੱਥੋਂ ਦਾ MLA ਦਾ ਬੇਟਾ, ਉਹ ਕਿਉਂ
ਅਫਸਰਾਂ ਦੇ ਖਿਲਾਫ ਖੁੱਲ੍ਹ ਐਮ ਐਲ ਏ ਡੈਣੀ ਖੁੱਲ੍ਹ ਐਮ ਐਲ ਏ ਆ ਉਹ ਕਿਉਂ ਐਕਸ਼ਨ ਲੈਂਦਾ ਹੈ ਅਫਸਰਾਂ ਦੇ ਖਿਲਾਫ ਚੇਨ ਤਾਂ ਬਣਾਈ ਜਦੋਂ ਤੁਹਾਡਾ ਐਮ ਐਲ ਏ ਲੱਗ ਪਏ ਪੁਲਿਸ ਨੂੰ ਅੰਦਰ ਆਉਣ ਨਾ ਦੇ ਤੁਹਾਡੇ ਐਸੀ ਇਲਾਕੇ 'ਚ ਹਫ਼ਤਾ ਪਹਿਲੇ ਜਦੋਂ ਐਕਸਾਈਜ਼ ਮਹਿਕਮਾ ਆਇਆ ਸੀ ਅਤੇ ਡੈਣੀ ਐਮ ਐਲ ਏ ਨੇ ਸਾਰਿਆਂ ਦੇ ਪਰਚਾ ਕਰਾਤਾ ਆਹ ਫੋਟੋ ਹੈ ਅਤੇ ਵੱਡਿਆ ਉਹਦੇ ਬਾਅਦ ਬਿਆਨ ਦਿੰਦਾ ਕਿ ਮੇਰੇ ਇਲਾਕੇ 'ਚ ਕੋਈ ਐਕਸਾਈਜ਼ ਮਹਿਕਮੇ ਜਾਲੀ ਸ਼ਰਾਬ ਫੰਡ ਵਾਸਤੇ ਨਹੀਂ ਆ ਸਕਦਾ ਇੱਕ ਸਰ ਉਹਨਾਂ ਨੇ ਹੋਰ ਗੱਲ ਕਹੀ ਹੈ ਕਿ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਕਿ ਅਕਾਲੀ ਦਲ ਲਾਸ਼ਾਂ 'ਤੇ ਸਿਆਸਤ ਕਰ ਰਿਹਾ ਉਹਨਾਂ ਨੂੰ ਇਹ ਸਿਆਸਤ ਨਹੀਂ ਕਰਨੀ ਚਾਹੀਦੀ ਉਹਨਾਂ ਤੋਂ ਲਾਸ਼ਾਂ ਕਿਉਂ ਕਰੇ ਮਾਰੇ ਲੋਕ ਅਸੀਂ ਰੋਈਏ ਬਿਨਾਂ ਡਿਪਟੀ ਕਮਿਸ਼ਨਰ ਨੂੰ ਇਮੀਡੀਏਟਲੀ ਮੈਂ ਡਿਪਟੀ ਕਮਿਸ਼ਨਰ ਨੂੰ ਟੈਲੀਫੋਨ ਵੀ ਕਰੂੰਗਾ ਕਿ ਜਿਹੜੇ ਲੋਕ ਹਸਪਤਾਲ 'ਚ ਹੈ ਉਹਨਾਂ ਦਾ ਇਲਾਜ ਘੱਟ ਤੋਂ ਘੱਟ ਸਰਕਾਰ ਤਰਫ ਹੋਏ ਅਤੇ ਜੋ ਟੀਕਿਆਂ ਦਾ ਇੰਤਜ਼ਾਮ ਕਰਨਾ ਉਹ ਇਮੀਡੀਏਟਲੀ ਹੋਣਾ ਚਾਹੀਦਾ ਪਰ ਮੈਂ ਇੰਨਾ ਅਖੀਰ 'ਚ ਕਹਿਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਦੀ ਸਹੀ ਮਿਹਨਤ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਕੈਪਟਨ ਅਮਰਿੰਦਰ ਸਿੰਘ ਹੋਮ ਮਿਨਿਸਟਰ ਵੀ ਹੈ ਐਕਸਾਈਜ਼ ਮਿਨਿਸਟਰ ਵੀ ਹੈ ਉਹਨਾਂ ਦੀ ਮਹਿਕਮੇ ਦੇ ਵਿੱਚ ਉਹਨਾਂ ਦੇ ਪਾਰਟੀ ਦੇ ਐਮ ਐਲ ਏ ਨੇ ਐਸੇ ਹੀ ਹਲਕੇ ਜਿੱਥੇ ਮੌਤਾਂ ਹੋਈਆਂ ਐਕਸਾਈਜ਼ ਦੇ ਅਫਸਰਾਂ ਦੇ ਉੱਤੇ ਪਰਚਾ ਕੀਤਾ ਜਿਹੜੀ ਆ ਜਾਲੀ ਸ਼ਰਾਬ ਰੋਕਣ ਵਾਲੇ ਹੈ ਫਿਰ ਗੁਨਾਹਗਾਰ ਕੌਣ ਹੈ ਪੰਜਾਬ ਦੀ ਜਨਤਾ ਉਹਦਾ ਜਵਾਬ ਦੇਊਗੀ ਥੈਂਕ ਯੂ